बहुत सारे पोलिटिकल रीजन सीगे उन्हों सेंटर गवर्नमेंट वालों जा प्रोपेगेंडा ये प्रोजेक्ट किया जा रहा है कि अनएम्प्लॉयड यूथ ने पाकिस्तान ने भड़काते आ ये है वो है। स्टार्टिंग ही तुसी एक ऐसे इंसान तो कर रहे हो जिहड़े अज भी जेल दे अंदर है अज तक वो रिहा नहीं हुए तो मैनूं लगता है कि नहीं जिहड़े रूट पोलिटिकल कॉज सीगा इहदे पिछे वो गल भी आनी चाहिए है किसी ना किसी फिल्म के थ्रू जदों इन्होंने जगतार खवारा होना की टीम ने इतों बड़ैल जेल चो सुरंग पुट के निकल गए थे सो उस दिन मैंने लगा कि मैनू कहानी मिल गई स्क्रिप्ट मिल गई वो जिहड़ा बागी सोंग सीगा वो बागी सोंग ने फिर जदों खिलारे पाए तो उस तो फिर बादल गवर्नमेंट की क्योंकि जिहड़ी सीगी साथी पार्टी बीजेपी सीगी सो शिवसेना इत्थे दे चाहे छोटे मोटे दल ही ने वो सारिया ने रौला पाउणा शुरू करता तो वो ड्रामा जिहा बहुत होया तो उहदे विच प्रैशर चा के बादल गवर्नमेंट ने लास्ट डे मेरी जिहड़ी सी मूवी बैन कर दी। ਤੁਹਾਡੀ ਸਟਾਰਟਿੰਗ ਹੀ ਬਾਇਓਪਿਕ ਸੀਗੀ ਯੂਨੋ ਹਵਾਰਾ ਸਾਹਿਬ ਦੇ ਉੱਤੇ ਹੈ ਨਾ ਬਟ ਉਹ ਚੀਜ਼ ਬਣਾਉਣ ਦਾ ਕੀ ਮਕਸਦ ਸੀਗਾ ਤੁਹਾਡਾ ਕਿ ਸਟਾਰਟਿੰਗ ਹੀ ਤੁਸੀਂ ਇੱਕ ਐਸੇ ਇਨਸਾਨ ਤੋਂ ਕਰ ਰਹੇ ਹੋ ਜਿਹੜੇ ਅੱਜ ਵੀ ਜੇਲ੍ਹ ਦੇ ਅੰਦਰ ਹੈ ਅੱਜ ਤੱਕ ਉਹ ਰਿਹਾ ਨਹੀਂ ਹੋਏ ਤੁਸੀਂ ਯੂਨੋ ਇੰਨੀ ਪੁਰਾਣੀ ਤੁਹਾਡੀ ਫਿਲਮ ਹੋ ਚੁੱਕੀ ਹੈ ਨਾ ਅਤੇ ਅੱਜ ਤੱਕ ਉਹ ਅੰਦਰ ਹੀ ਹੈ ਤੁਹਾਡੀ ਉਸ ਫਿਲਮ ਬਣਾਉਣ ਦਾ ਕੀ ਮਕਸਦ ਸੀਗਾ ਹਵਾਰਾ ਸਾਹਿਬ ਦਾ? ਹਾਂ ਉਹ ਬੇਸਿਕਲੀ ਮਕਸਦ ਇੱਕ ਕਹਾਣੀ ਕਹਿਣ ਦਾ ਸੀਗਾ ਸਾਹਿਲ ਜਿੱਦਾਂ ਮੈਂ ਦੱਸਿਆ ਮੈਂ ਮੇਰੀ ਜਿਹੜੀ ਗ੍ਰੈਜੂਏਸ਼ਨ ਹੈ ਖਾਲਸਾ ਕਾਲਜ ਅੰਮ੍ਰਿਤਸਰ ਦੀ ਹੈ ਅਤੇ ਉੱਥੇ ਅੰਮ੍ਰਿਤਸਰ ਜਿਹੜਾ ਸੀਗਾ ਉਹਨੂੰ ਕਹਿ ਲਓ ਕਿ ਉਹ ਹੱਬ ਸੀਗਾ ਮਿਲੀਟੈਂਟ ਮੂਵਮੈਂਟ ਦਾ ਅਤੇ ਉੱਥੇ ਸਾਡੇ ਮੈਂ ਪਿੰਡਾਂ ਦਾ ਰਿਹਾ ਹੋਇਆ ਪਿੰਡਾਂ ਵਿੱਚ ਮੈਂ ਬਹੁਤ ਸਾਰੇ ਮੁੰਡਿਆਂ ਨੂੰ ਦੇਖਿਆ ਮੇਰੇ ਸਾਹਮਣੇ ਹੀ ਉਹ ਖਾੜਕੂ ਲਹਿਰ 'ਚ ਸ਼ਾਮਿਲ ਹੁੰਦੇ ਸੀ ਮੇਰੇ ਸਾਹਮਣੇ ਹੀ ਉਹਨਾਂ ਦੀਆਂ ਸ਼ਹੀਦੀਆਂ ਹੋ ਜਾਂਦੀਆਂ ਸੀ ਮੇਰੇ ਸਾਹਮਣੇ ਹੀ ਬਹੁਤ ਕੁਛ ਹੋ ਰਿਹਾ ਸੀਗਾ ਪੁਲਿਸ ਵਾਲੇ ਵੀ ਆਪਣੇ ਹੀ ਘਰਾਂ 'ਚੋਂ ਉੱਠਦੇ ਹੋਏ ਮੁੰਡੇ ਸੀਗੇ ਉਹ ਵੀ ਮਰ ਰਹੇ ਸੀ ਉੱਧਰ ਹੀ ਭਰਾ ਨੂੰ ਭਰਾ ਮਾਰ ਰਿਹਾ ਸੀਗਾ ਸੋ ਉਹ ਜਿਹੜਾ ਸਮਾਂ ਸੀਗਾ ਉਹ ਬੜਾ ਟ੍ਰੈਜਿਕ ਸੀਗਾ ਅਤੇ ਉਹ ਸਮੇਂ ਦੇ ਪਿੱਛੇ ਦੇ ਜਿਹੜੇ ਕਾਰਨ ਸੀਗੇ ਬਹੁਤ ਸਾਰੇ ਪੋਲੀਟੀਕਲ ਰੀਜ਼ਨ ਸੀਗੇ ਉਹਨੂੰ ਸੈਂਟਰ ਗਵਰਨਮੈਂਟ ਵੱਲੋਂ ਜਾਂ ਪ੍ਰੋਪੇਗੰਡਾ ਇਹ ਪ੍ਰੋਜੈਕਟ ਕੀਤਾ ਜਾ ਰਿਹਾ ਸੀ ਕਿ ਅਨਇੰਪਲਾਇਡ ਯੂਥ ਨੇ ਪਾਕਿਸਤਾਨ ਨੇ ਭੜਕਾਤੇ ਆ ਜੇ ਹੈ ਵੋ ਹੈ ਅਤੇ ਮੈਨੂੰ ਲੱਗਦਾ ਸੀ ਕਿ ਨਹੀਂ ਜਿਹੜੇ ਰੂਟ ਪੋਲੀਟੀਕਲ ਕੌਜ਼ ਸੀਗਾ ਇਹਦੇ ਪਿੱਛੇ ਉਹ ਗੱਲ ਵੀ ਆਉਣੀ ਚਾਹੀਦੀ ਹੈ ਕਿਸੇ ਨਾ ਕਿਸੇ ਫਿਲਮ ਦੇ ਥਰੂ ਸੋ ਇਹ ਮੈਂ ਆਪਣੇ ਪਾਰਟਨਰ ਦਿਨੇਸ਼ ਨਾਲ ਗੱਲ ਕਰਦਾ ਰਹਿੰਦਾ ਹੁੰਦਾ ਸੀ ਅਤੇ ਅਲਟੀਮੇਟਲੀ ਮੈਂ ਫਿਰ ਖੁਦ ਹੀ ਇੱਕ ਟਾਈਮ 'ਤੇ ਜਦੋਂ ਇਹਨਾਂ ਨੇ ਜਗਤਾਰ ਹਵਾਰਾ ਹੋਣਾ ਦੀ ਟੀਮ ਨੇ ਇੱਥੋਂ ਬੜੈਲ ਜੇਲ੍ਹ 'ਚੋਂ ਸੁਰੰਗ ਪੁੱਟ ਕੇ ਨਿਕਲ ਗਏ ਸੀਗੇ ਸੋ ਉਸ ਦਿਨ ਮੈਨੂੰ ਲੱਗਾ ਕਿ ਮੈਨੂੰ ਕਹਾਣੀ ਮਿਲ ਗਈ ਸਕ੍ਰਿਪਟ ਮਿਲ ਗਈ ਸੋ ਉੱਥੋਂ ਫਿਰ ਮੈਂ ਉਹਨਾਂ ਦੀ ਲਾਈਫ ਦੇ ਉੱਤੇ ਰਿਸਰਚ ਕਰਕੇ ਅਤੇ ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਸੀ ਇਹਨਾਂ ਦੀ ਕਹਾਣੀ ਦੇ ਥਰੂ ਉਹ ਗੱਲ ਕਹੀ ਕਿ ਉਹ ਕਿਉਂ ਮੁੰਡੇ ਇਸ ਪਾਸੇ ਤੁਰੇ ਸੀਗੇ ਕਿ ਉਹਦਾ ਰੀਜ਼ਨ ਸੀਗੇ ਉਹ ਸਾਰਾ ਉਹ ਇੱਕ ਸ਼ੈਰਨ ਜਰਨਲਿਸਟ ਆਉਂਦੀ ਹੈ ਉਹ ਸਾਰੀ ਕਹਾਣੀ ਕਰਦੀ ਹੈ ਅਤੇ ਉਹ ਲੋਕਾਂ ਨੇ ਬਹੁਤ ਪਸੰਦ ਕੀਤੀ ਅਤੇ ਉਹੀ ਨਾ ਜਰਨਲਿਜ਼ਮ ਤੁਹਾਡੇ ਮਾਇੰਡ 'ਚ ਪਹਿਲਾਂ ਤੋਂ ਹੀ ਸੀਗੇ ਤੁਸੀਂ ਤਾਂ ਹੀ ਇਸ ਚੀਜ਼ ਤੁਹਾਨੂੰ ਪਤਾ ਸੀਗਾ ਕਿ ਹਾਂ ਬਟ ਕੁਲਜਿੰਦਰ ਭਾਜੀ ਅੱਜ ਦਾ ਦੌਰ ਦੀ ਜੇ ਗੱਲ ਕਰੀ ਨਾ ਅੱਜ ਦੇ ਦੌਰ 'ਚ ਬਹੁਤ ਔਖਾ ਹੁੰਦਾ ਕਿਸੇ ਵੀ ਇਨਸਾਨ ਦੀ ਬਾਇਓਪਿਕ ਨੂੰ ਖਾਸ ਕਰਕੇ ਕੋਈ ਐਸੇ ਬੰਦੇ ਦੀ ਬਾਇਓਪਿਕ ਜੋ ਵਾਕਈ ਚਰਚਾ 'ਚ ਹੈ ਤਾਂ ਅੱਜ ਆਈ ਥਿੰਕ ਉਹ ਚਰਚਾ ਵਿੱਚ ਹੀ ਹੈਗੇ ਆ ਉਹ ਤੁਹਾਨੂੰ ਕਿਆ ਇੱਦਾਂ ਦੀ ਕੋਈ ਚੀਜ਼ ਲੱਗਦੀ ਨਹੀਂ ਹੈਗੀ ਕਿ ਨਹੀਂ ਯਾਰ ਵੀ ਆਈ ਥਿੰਕ ਇਸ ਟੋਪਿਕ 'ਤੇ ਬਣਾਉਣਾ ਨਹੀਂ ਆਪਾਂ ਕਦੀ ਫਿਰ ਸੋਚ ਰਹੇ ਕਿਉਂਕਿ ਨਾ ਅੱਜ ਲੋਕ ਨਾ ਕ੍ਰਿਟੀਸਾਈਜ਼ ਬਹੁਤ ਜਲਦੀ ਕਰ ਲੈਂਦੇ ਆ ਹੈ ਨਾ ਵੀ ਚੱਕ ਜਲਦੀ ਜਾਂਦੇ ਆ ਵੀ ਤੁਹਾਡੇ ਕਰੈਕਟਰਸ ਨੂੰ ਜਾਂ ਕੋਈ ਵੀ ਟੋਪਿਕ 'ਤੇ ਸੋਸ਼ਲ ਮੀਡੀਆ 'ਤੇ ਡਿਬੇਟਸ ਚੱਲ ਪੈਣਗੀਆਂ ਵੀ ਹਾਂ ਵੀ ਕਿਉਂ ਬਣਾਈ ਹੈ ਫਿਲਮ ਦੇ ਬੈਨ ਹੋਣ ਦੇ ਚਾਂਸਿਸ ਰਹਿੰਦੇ ਆ ਲੋਕਾਂ ਦੀਆਂ ਆਵਾਜ਼ਾਂ ਚੁੱਕਣ ਦੇ ਚਾਂਸਿਸ ਰਹਿੰਦੇ ਹੈ ਨਾ ਵੀ ਤੁਹਾਨੂੰ ਇਹ ਡਰਜਿਆਂ ਲੱਗਦਾ ਕਿਉਂਕਿ ਮੋਸਟਲੀ ਨਾ ਕਲਾਕਾਰ ਇਹ ਕਹਿੰਦੇ ਵੀ ਨਹੀਂ ਯਾਰ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ ਵੀ ਆਪਾਂ ਕਰਾਂਗੇ ਪਰ ਕਈ ਇੱਦਾਂ ਦੇ ਹੁੰਦੇ ਵੀ ਨਹੀਂ ਯਾਰ ਆਪਾਂ ਨਹੀਂ ਕਰਨਾ ਹਾਂ ਨਹੀਂ ਦੇਖੋ ਪਹਿਲੀ ਗੱਲ ਤਾਂ ਸਾਹਿਲ ਮੈਂ ਬਾਏ ਨੇਚਰ ਥੋੜ੍ਹਾ ਜਿਹਾ ਮੇਰੀ ਨੇਚਰ ਹੀ ਰੈਬਲ ਹੈ ਬਾਏ ਨੇਚਰ ਉਸ ਵੇਲੇ ਕੀ ਹੋਇਆ ਉਸ ਵੇਲੇ ਬੜਾ ਉਹਨਾਂ ਨੇ ਮਤਲਬ ਦੋਨੋਂ ਤਰ੍ਹਾਂ ਦੇ ਸਟੈਂਡ ਲਏ ਪਹਿਲਾਂ ਤਾਂ SGPC ਮੇਰੇ ਸਪੋਰਟ 'ਚ ਆ ਗਈ ਜਦੋਂ ਮੈਂ ਫਿਲਮ ਲੈ ਕੇ ਉਹਨਾਂ ਕੋਲ ਗਿਆ ਮੱਕੜ ਸਾਹਿਬ ਉਦੋਂ ਪ੍ਰੈਜ਼ੀਡੈਂਟ ਸੀਗੇ ਮਹਿਤਾ ਸਾਹਿਬ ਵਾਈਸ ਪ੍ਰੈਜ਼ੀਡੈਂਟ ਸੀ ਹੁਣ ਵੀ ਹੈਗੇ ਨੇ ਵਾਈਸ ਪ੍ਰੈਜ਼ੀਡੈਂਟ ਮਹਿਤਾ ਸਾਹਿਬ ਉਹ ਸਾਰੀ ਕਮੇਟੀ ਨੇ ਦੇਖ ਕੇ ਕਿਹਾ ਕਿ ਹਾਂ ਯਾਰ ਇਹ ਤਾਂ ਬਿਲਕੁਲ ਸਹੀ ਫਿਲਮ ਹੈ ਜੋ ਵੀ ਹੋਇਆ ਪੰਜਾਬ 'ਚ ਉਹੀ ਦਿਖਾਇਆ ਇਹਨਾਂ ਨੇ ਕੁਛ ਵੀ ਗਲਤ ਨਹੀਂ ਉਹਨਾਂ ਨੇ ਲੈਟਰ ਲਿਖੀ ਸੈਂਸਰ ਨੂੰ ਸੈਂਸਰ ਨੇ ਵੀ SGPC ਦੀ ਗੱਲ ਸੁਣੀ ਕਿ ਹਾਂ ਉਹ ਸਿੱਖ ਪੁਆਇੰਟ ਆਫ ਵਿਊ ਤੁਹਾਨੂੰ ਕੰਸਿਡਰ ਕੀਤਾ ਅਤੇ ਉਹਨਾਂ ਨੇ ਅਪਰੂਵ ਕਰਤੀ ਉਸ ਤੋਂ ਬਾਅਦ ਜਦੋਂ ਇੱਕ ਗਾਣਾ ਸੀ ਕੱਢਿਆ JCB ਦੇ ਨਾਲ ਉਹ ਜਿਹੜਾ ਬਾਗੀ ਸੌਂਗ ਸੀਗਾ ਉਹ ਬਾਗੀ ਸੌਂਗ ਨੇ ਫਿਰ ਜਦੋਂ ਖਿਲਾਰੇ ਪਾਏ ਅਤੇ ਉਸ ਤੋਂ ਫਿਰ ਬਾਦਲ ਗਵਰਨਮੈਂਟ ਦੀ ਕਿਉਂਕਿ ਜਿਹੜੀ ਸੀਗੀ ਸਾਥੀ ਪਾਰਟੀ BJP ਸੀਗੀ ਸੋ ਸ਼ਿਵਸੈਨਾ ਇੱਥੇ ਦੇ ਚਾਹੇ ਛੋਟੇ ਮੋਟੇ ਦਲ ਹੀ ਨੇ ਉਹ ਸਾਰਿਆਂ ਨੇ ਰੌਲਾ ਪਾਉਣਾ ਸ਼ੁਰੂ ਕਰਤਾ ਅਤੇ ਉਹ ਡਰਾਮਾ ਜਿਹਾ ਬਹੁਤ ਹੋਇਆ ਅਤੇ ਉਹਦੇ ਵਿੱਚ ਪ੍ਰੈਸ਼ਰ 'ਚ ਆ ਕੇ ਬਾਦਲ ਗਵਰਨਮੈਂਟ ਨੇ ਲਾਸਟ ਡੇ ਮੇਰੀ ਜਿਹੜੀ ਸੀ ਮੂਵੀ ਬੈਨ ਕਰਤੀ ਸੀ ਅਤੇ ਉਹ ਬੈਨ ਇੱਥੇ ਹੋ ਗਈ ਇੰਡੀਆ 'ਚ ਪਰ ਬਾਹਰ ਚੱਲ ਰਹੀ ਸੀ ਬਾਹਰ ਬੜੀ ਸੁਪਰ ਡੁਪਰ ਹਿੱਟ ਹੋ ਗਈ ਫਿਰ ਇੱਥੇ ਵੀ ਮੈਂ ਬਾਦਲ ਗਵਰਨਮੈਂਟ ਦੇ ਅਗੇਂਸਟ ਜਾ ਕੇ ਸੁਪਰੀਮ ਕੋਰਟ 'ਚੋਂ ਕੇਸ ਜਿੱਤਿਆ ਤਾਂ ਜਾ ਕੇ ਫਿਰ ਇਹ ਫਿਲਮ 10 ਮਈ ਨੂੰ 2013 'ਚ ਰਿਲੀਜ਼ ਹੋਈ ਐਂਡ ਇਸ ਫਿਲਮ ਦੀ ਪਰਟੀਕੁਲਰ ਗੱਲ ਇਸ ਕਰਕੇ ਕਰ ਰਿਹਾ ਕਿਉਂਕਿ ਇਸ ਫਿਲਮ ਤੋਂ ਬਾਅਦ ਹੀ ਤੁਹਾਡੇ ਕਰੈਕਟਰ ਨੂੰ ਯੂਨੋ ਲੋਕਾਂ ਨੇ ਪਸੰਦ ਕਰਨ ਦੇਣਾ ਸ਼ੁਰੂ ਕੀਤਾ ਸੀਗਾ ਭਾਵੇਂ ਜਿਗਰੇ ਪੱਖੋਂ ਲਾ ਲਓ ਜਾਂ ਭਾਵੇਂ ਐਕਟਿੰਗ ਪੱਖੋਂ ਲਾ ਲਓ ਹਾਂ ਥੈਂਕ ਯੂ ਸੋ ਮੱਚ ਉਹ ਫਿਰ ਮੈਨੂੰ ਅਵਾਰਡ ਦੇ ਰਿਹਾ ਬੈਸਟ ਐਕਟਰ ਦਾ ਅਵਾਰਡ ਬੈਸਟ ਸਕਰੀਨ ਪਲੇ ਦਾ ਅਵਾਰਡ ਸੋ ਇਹ ਮਤਲਬ ਅਜੀਬ ਕੁਛ ਹੀ ਹੋ ਰਿਹਾ ਸੀ ਮੇਰੇ ਨਾਲ
ਤੇ ਉਸ ਤੋਂ ਬਾਅਦ ਫਿਰ ਸੈਕਿੰਡ ਫਿਲਮ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਕਿ ਐਕਸ਼ਨ ਦੀ ਇੱਛਾ ਹੁੰਦੀ ਆ ਸੋ ਮੇਰੇ ਅੰਦਰ ਵੀ ਉਹ ਜਾਗਿਆ ਕਿ ਹਾਂ ਯਾਰ ਅੱਛਾ ਮੈਂ ਹੀਰੋ ਬਣ ਗਿਆ ਹੈ ਰੀਅਲੀ ਚਲੋ ਫਿਰ ਹੁਣ ਹੀਰੋਇਜ਼ਮ ਵਾਲੀ ਫਿਲਮ ਕਰਦੇ ਹਾਂ।